ਲੋਕੀ ਕੰਸਟੈਂਸੀ ਦੇ ਲੋਕ ਜਿਹੜੇ ਉੱਥੇ ਫਸੇ ਹੋਏ ਨੇ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਕੇਂਦਰ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਕੇਂਦਰ ਨੂੰ ਚਾਹੀਦਾ ਆ ਭਾਰਤ ਸਰਕਾਰ ਨੂੰ ਜਿੰਨੇ ਵੀ ਆਪਣੇ ਬੱਚੇ ਆ ਚਾਹੇ ਸੁਲਤਾਨਪੁਰ ਲੋਧੀ ਦੇ ਆ ਇੰਡੀਆ ਦੇ ਜਿਹੜੇ ਮੈਂ ਕਹਿੰਦਾ ਸਾਰੇ ਪੰਜਾਬ ਦੇ ਵੀ ਉਹਨਾਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਆ ਔਰ ਉਹਨਾਂ ਨੂੰ ਛੇਤੀ ਤੋਂ ਛੇਤੀ ਉੱਥੋਂ ਏਅਰਲਿਫਟ ਕਰਕੇ ਇੱਥੇ ਆਪਣੇ ਦੇਸ਼ ਲਿਆਉਣਾ ਚਾਹੀਦਾ। ਵੈਸੇ ਵੀ ਜਿਹੜਾ ਇਹ ਜੰਗ ਜਿਹੜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਐਡੀ ਭਿਆਨਕ ਜਿਹੜੀ ਜੰਗ ਉਹ ਕੋਈ ਮਸਲੇ ਦਾ ਹੱਲ ਨਹੀਂ। ਇਹਦਾ ਮਸਲੇ ਦਾ ਹੱਲ ਜਿਹੜਾ ਆ ਉਹ ਬਹਿ ਕੇ ਗੱਲਬਾਤ ਨਾਲ ਕਰਨਾ ਚਾਹੀਦਾ ਆ ਔਰ ਸਾਰੇ ਦੁਨੀਆ ਦੇ ਜਿਹੜੇ ਦੇਸ਼ ਆ ਉਹਨਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਵੀ ਜਿਹੜਾ ਮਿਲ ਬੈਠ ਕੇ ਜਾਂ ਨਾਟੋ ਦਾ ਫਰਜ਼ ਬਣਦਾ ਆ ਉਹ ਇਹਨਾਂ ਨੂੰ ਜੰਗ ਬੰਦ ਕਰਾ ਕੇ ਤੁਰੰਤ ਔਰ ਅਮਨ ਸ਼ਾਂਤੀ ਔਰ ਉੱਥੋਂ ਦੇ ਜਿਹੜੇ ਵਸਨੀਕ ਆ ਜਿਹੜੇ ਲੋਕ ਬੇਮਤਲਬ ਤੋਂ ਮਾਰੇ ਜਾ ਰਹੇ ਆ ਜਿਹੜਾ ਇੰਨੇ ਹਮਲੇ ਹਵਾਈ ਹਮਲੇ ਦੂਸਰੇ ਹੋ ਰਹੇ ਉਹਦੇ 'ਚ ਜਿਹੜੀਆਂ ਜਾਨਾਂ ਉਹ ਜਾ ਰਹੀਆਂ ਜਿਨ੍ਹਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ। ਤਾਂ ਮੈਂ ਭਾਰਤ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੂੰਗਾ ਵੀ ਛੇਤੀ ਤੋਂ ਛੇਤੀ ਸਾਡੇ ਪੰਜਾਬ ਦੇ ਬੱਚੇ ਜਿਹੜੇ ਆ ਇੰਡੀਆ ਦੇ ਬੱਚੇ ਆ ਮੇਰੇ ਹਲਕੇ ਦੇ ਸੁਲਤਾਨਪੁਰ ਦੇ ਵੀ ਆ ਉਹਨਾਂ ਨੂੰ ਉੱਥੋਂ ਏਅਰਲਿਫਟ ਕੀਤਾ ਜਾਵੇ ਅਤੇ ਉਹਨਾਂ ਲਈ ਪ੍ਰਬੰਧ ਕੀਤਾ ਜਾਵੇ ਜਿੰਨੀ ਦੇਰ ਉਹ ਨਹੀਂ ਆ ਸਕਦੇ ਉੱਥੇ ਰਹਿਣ ਦਾ ਖਾਣ ਪੀਣ ਦਾ ਸੇਫ ਜਗ੍ਹਾ 'ਚ ਪ੍ਰਬੰਧ ਕਰਨਾ ਚਾਹੀਦਾ। ਇਹ ਬਹੁਤ ਛੇਤੀ ਪ੍ਰਧਾਨ ਮੰਤਰੀ ਜੀ ਨੂੰ ਦਖਲ ਦੇਣਾ ਚਾਹੀਦਾ ਇਹਦੇ ਵਿੱਚ। ਹਾਂਜੀ ਮੈਂ ਅੱਜ ਉਹਨਾਂ ਨਾਲ ਮੁਲਾਕਾਤ ਕਰਦਾ ਔਰ ਕਿਉਂ ਬੱਚਾ ਜਦੋਂ ਕਿਸੇ ਦਾ ਬਾਹਰ ਫਸ ਜਾਂਦਾ ਨਾ ਮਾਂ ਪਿਓ ਦੇ ਦਿਲ 'ਤੇ ਬਹੁਤ ਜਿਹੜਾ ਬੀਤਦੀ ਉਹਨੂੰ ਵੀ ਪਤਾ ਆ ਔਰ ਨਾਲੇ ਇਹੋ ਜਿਹੀ ਜਿਹੜੀ ਭਿਆਨਕ ਜੰਗ ਜਿਹੜੀ ਜਿਹਦੇ ਵਿੱਚ ਰੋਜ਼ ਲਾਈਵ ਤਸਵੀਰਾਂ ਆ ਰਹੀਆਂ ਉਹ ਬੜਾ ਇੱਕ ਖਤਰਨਾਕ ਮੰਜ਼ਰ ਜਿਹੜਾ ਉਹ ਦਿਸਦਾ ਆ ਔਰ ਮਾਂ ਪਿਓ ਦੇ ਦਿਲ 'ਤੇ ਬਹੁਤ ਇਸ ਚੀਜ਼ ਦਾ ਜਿਹੜਾ ਗਹਿਰਾ ਸਦਮਾ ਆ ਉਹ ਮਿਲ ਕੇ ਉਹਨਾਂ ਨੂੰ ਜਿਹੜਾ ਹੌਸਲਾ ਜ਼ਰੂਰ ਦੇਵਾਂਗਾ।